ਡੇਰਾ ਸੱਚਾ ਸੌਦਾ ਸਰਸਾ ਦੇ ਮੁਖੀ ਗੁਰਮੀਤ RAM ਰਹੀਮ ਸਿੰਘ ਦੀ ਮੂੰਹ ਬੋਲੀਤੀ ਹਣੀਪ੍ਰੀਤ ਹਮੇਸ਼ਾ ਵਿਵਾਦਾਂ ਵਿੱਚ ਘिरी ਰਹਿੰਦੀ ਹੈ ਡੇਰਾ ਮੁਖੀ ਜੇਲ੍ਹ ਵਿੱਚ ਹੋਣ ਪਿੱਛੋਂ ਡੇਰੇ ਦੇ ਅਰਬਾਂ ਦੀ ਜਾਇਦਾਦ ਦੇ ਪ੍ਰਬੰਧਨ ਨੂੰ ਲੈ ਕੇ ਨਿਤ ਕੋਈ ਨਾ ਕੋਈ ਨਵਾਂ ਵਿਵਾਦ ਸਾਹਮਣੇ ਆਉਂਦਾ ਰਹਿੰਦਾ ਹੈ ਡੇਰਾ ਪ੍ਰੇਮੀਆਂ ਦੇ ਇੱਕ ਧੜੇ ਨੇ ਹੁਣ ਦੋਸ਼ ਲਾਇਆ ਹੈ ਕਿ ਡੇਰਾ ਮੁਖੀ ਦੇ ਜੇਲ੍ਹ ਵਿੱਚ ਹੁੰਦੇ ਚੁੱਪਚੀ ਪੀਤੇ ਹੀ ਹਣੀਪ੍ਰੀਤ ਨੂੰ ਡੇਰੇ ਦੇ ਵਾਈਸ ਪੈਟਰਨ ਅਤੇ ਡੇਰਾ ਸੱਚਾ ਸੌਦਾ ਮੈਨੇਜਮੈਂਟ ਕਮੇਟੀ ਦੀ ਚੇਅਰਪਰਸਨ ਬਣਾ ਦਿੱਤਾ ਗਿਆ ਹੈ। ਡੇਰਾ ਪ੍ਰੇਮੀਆਂ ਦੇ ਇੱਕ ਧੜੇ ਨੇ ਕੁਝ ਦਸਤਾਵੇਜ਼ ਸੋਸ਼ਲ ਮੀਡੀਆ ਤੇ ਵਾਇਰਲ ਕਰਕੇ ਦਾਅਵਾ ਕੀਤਾ ਹੈ ਕਿ ਹਣੀਪ੍ਰੀਤ ਹੌਲੀ-ਹੌਲੀ ਡੇਰਾ ਮੁਖੀ ਦੇ ਉੱਤਰ ਅਧਿਕਾਰੀ ਬਣਨ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਤੋਂ ਪਹਿਲਾਂ ਵੀ ਡੇਰਾ ਮੁਖੀ ਦੇ ਗਏ ਹਾਜ਼ਰੀ ਵਿੱਚ ਹਣੀਪ੍ਰੀਤ ਵੱਲੋਂ ਡੇਰੇ ਦੇ ਪ੍ਰਬੰਧਾਂ ਤੇ ਕਬਜ਼ਾ ਕਰਨ ਦੇ ਦੋਸ਼ ਲੱਗਦੇ ਰਹੇ ਨੇ ਇਸ ਤੋਂ ਪਹਿਲਾਂ ਡੇਰਾ ਮੁਖੀ ਦੇ ਪਰਿਵਾਰ ਅਤੇ ਹਣੀਪ੍ਰੀਤ ਵਿੱਚ ਵੀ ਵਿਵਾਦ ਚੱਲ ਰਹੇ ਆ ਪਰ ਹੁਣ ਡੇਰਾ ਮੁਖੀ ਪਰਿਵਾਰ ਦੇ ਬਹੁਤੇ ਮੈਂਬਰ ਵਿਦੇਸ਼ ਵਿੱਚ ਸੈਟਰ ਹੋਣ ਪਿੱਛੋਂ ਹਣੀਪ੍ਰੀਤ ਲਈ ਰਾਜ ਖਾਲਾ ਹੋ ਗਿਆ ਹੈ ਹੁਣ ਹਰੀਪ੍ਰੀਤ ਦੇ ਚੇਅਰਪਰਸਨ ਬਣਨ ਨਾਲ ਡੇਰੇ ਦੇ ਸਾਰੇ ਪ੍ਰਬੰਧ ਹਣੀਪ੍ਰੀਤ ਦੇ ਹੱਥਾਂ ਵਿੱਚ ਆਉਣ ਦੀ ਸੰਭਾਵਨਾ ਵੱਧ ਗਈਆਂ ਹਨ ਇਸ ਤੋਂ ਪਹਿਲਾਂ ਹਰ ਵੀ ਵਿਵਾਦ ਬਾਰੇ ਡੇਰਾ ਮੁਖੀ ਵੱਲੋਂ ਸੰਗਤ ਦੇ ਨਾਮ ਪੱਤਰ ਜਾਰੀ ਕਰ ਦਿੱਤੇ ਜਾਂਦੇ ਸੀ ਇਸ ਵਾਰ ਹਜੇ ਤੱਕ ਡੇਰਾ ਮੁਖੀ ਵੱਲੋਂ ਇਸ ਮਾਮਲੇ ਤੇ ਕੋਈ ਪ੍ਰਤੀਕਿਰਿਆ ਪ੍ਰਗਟ ਨਹੀਂ ਕੀਤੀ ਗਈ ਅਗਲੇ ਦਿਨਾਂ ਵਿੱਚ ਇਹ ਵਿਵਾਦ ਹੋਰ ਵਧਣ ਦੀ ਸੰਭਾਵਨਾ ਹੈ